ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਬਲੀਨ ਕੌਰ ਨੇ ਜਿਹੜਾ ਇੱਕ ਨਵਾਂ ਹੀ ਅਨੋਖਾ ਹੀ ਕੰਮ ਕਰਿਆ ਹੈ ਜਿਹੜਾ ਪਹਿਲਾਂ ਕਦੇ ਦੇਖਣ ਨੂੰ ਨਹੀਂ ਆਇਆ। ਜਪਜੀ ਸਾਹਿਬ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਤਸਵੀਰ 'ਤੇ ਅੰਕਿਤ ਕੀਤਾ ਹੈ, ਪੂਰੀ ਤਸਵੀਰ ਜਪਜੀ ਸਾਹਿਬ ਨਾਲ ਤਿਆਰ ਕੀਤੀ ਹੈ। ਇਹਦੇ ਬਾਰੇ ਇਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਜਿਹੜਾ ਹੈ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ, ਉਹਦੇ ਉਹਨੂੰ ਵੀ ਇਹ ਸਮਰਪਿਤ ਕਰ ਰਹੇ ਹਾਂ। ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਨੇ ਕਿੱਦਾਂ ਇਹਨਾਂ ਨੂੰ ਕਿੱਥੋਂ ਇੰਸਪੀਰੇਸ਼ਨ ਮਿਲੀ ਔਰ ਕਿੱਦਾਂ ਇਹਨਾਂ ਨੇ ਸਾਰਾ ਤਿਆਰ ਕੀਤਾ। ਪ੍ਰਬਲੀਨ, ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਜਗ ਬਾਣੀ ਟੀਵੀ 'ਚ। ਤੁਸੀਂ ਇਹ ਪਹਿਲੀ ਗੱਲ ਤਾਂ ਇਹ ਦੱਸੋ ਵੀ ਇਹਦੀ ਤੁਹਾਨੂੰ ਕਿੱਥੋਂ ਇੰਸਪੀਰੇਸ਼ਨ ਕਿੱਥੋਂ ਮਿਲੀ ਇਹਦੀ? ਸਰ, ਇੱਕ ਜਿਵੇਂ ਆਪਾਂ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਜਿਹੜਾ ਆਪਾਂ ਮਨਾ ਰਹੇ ਹਾਂ, ਅਤੇ ਉਸ ਰਿਲੇਟਿਡ ਇੱਕ ਦਿਨ ਮਤਲਬ ਮੈਂ ਪਾਠ ਕਰ ਰਹੀ ਸੀਗੀ ਅਤੇ ਅਚਾਨਕ ਹੀ ਮੇਰੇ ਮਾਇੰਡ 'ਚ ਆਇਆ ਕਿ ਆਪਾਂ ਕਿਉਂ ਨਾ ਇਸ ਚੀਜ਼ ਨੂੰ ਕੁਛ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ। ਅਤੇ ਉਸ ਟਾਈਮ ਫਿਰ ਮੈਂ ਕੁਛ, ਹੁਣ ਇਹ ਹੈ ਵੀ ਮੈਂ ਇੱਕ ਆਰਟਿਸਟ ਹੀ ਹਾਂ, ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਮੈਂ ਆਪਾਂ ਇਹਨੂੰ ਇਸ ਤਰੀਕੇ ਨਾਲ ਆਪਣੇ ਅਕੋਰਡਿੰਗ ਕਿੱਦਾਂ ਬਣਾਈ। ਤੁਸੀਂ ਇੱਥੇ ਕੀ ਕਿਹੜਾ ਕੋਰਸ ਕਿਹੜਾ ਕਰ ਰਹੇ ਹੋ ਯੂਨੀਵਰਸਿਟੀ ਤੋਂ? ਐਮਏ ਫਾਈਨ ਆਰਟਸ ਕਰ ਰਹੀ ਹਾਂ। ਐਮਏ ਫਾਈਨ ਆਰਟਸ, ਅਤੇ ਤੁਹਾਨੂੰ ਇਹਦੀ ਪ੍ਰੇਰਣਾ ਕਿਤੇ ਤੁਹਾਡੇ ਟੀਚਰ ਨੇ ਜਾਂ ਤੁਹਾਡੇ ਪਰਿਵਾਰ ਵੱਲੋਂ ਵੀ ਕੋਈ ਮਿਲੀ ਹੈ? ਹਾਂਜੀ, ਪਰਿਵਾਰ ਵੱਲੋਂ ਵੀ ਸੀ, ਕਿਉਂਕਿ ਹੁਣ ਮੇਰੇ ਜਿਹੜੇ ਸਾਰੇ ਘਰਦੇ ਨੇਗੇ ਉਹ ਸਾਰੇ ਹੀ ਮਤਲਬ ਪਾਠ ਪੂਜਾ ਕਰਦੇ ਨੇਗੇ, ਅਤੇ ਸਭ ਨੂੰ ਹੀ ਇਸ ਚੀਜ਼ ਵੱਲ ਵਧੀਆ, ਕੋਈ ਮਤਲਬ ਮੈਨੂੰ ਇੱਦਾਂ ਰੋਕ ਟੋਕ ਨਹੀਂ ਹੈਗੀ ਕਿਸੇ ਚੀਜ਼ ਦੀ, ਅਤੇ ਜਿਸ ਕਰਕੇ ਮੈਂ ਆਪਣਾ ਜੋ ਵੀ ਮੇਰੇ ਦਿਮਾਗ 'ਚ ਆਇਆ ਉਹ ਮੈਂ ਆਪਣਾ ਕਲਾ ਰਾਹੀਂ ਆਪਣਾ ਅੱਗੇ ਪੇਸ਼ ਕੀਤਾ। ਕਿੰਨਾ ਕੁ ਸਮਾਂ ਲੱਗਾ ਇਹਨੂੰ ਤਿਆਰ ਕਰਨ 'ਚ? ਸਰ, ਮੈਨੂੰ 3 ਮਹੀਨੇ ਲੱਗ ਗਏ ਸੀਗੇ, ਕਿਉਂਕਿ ਕਾਲਜ ਵਗੈਰਾ ਆਉਣਾ ਜਾਣਾ ਰਸਤੇ 'ਚ, ਫਿਰ ਇੱਦਾਂ ਹੁੰਦਾ ਵੀ ਪੜ੍ਹਨਾ ਵੀ ਹੈ ਬਾਅਦ ਦੇ ਵਿੱਚ, ਅਤੇ ਇਸ ਕਰਕੇ ਰਾਤ ਨੂੰ ਇੱਕ ਟਾਈਮ ਮਿਲਦਾ ਸੀਗਾ ਜਦੋਂ ਮੈਂ ਆਪਣਾ ਇਹ ਕੰਮ ਕਰਦੀ ਹੁੰਦੀ ਸੀ। ਮਗਰ ਰਾਤਾਂ ਜਾ ਕੇ ਤੁਸੀਂ ਇਹ ਤਿਆਰ ਕਰੀਏ ਤੁਸੀਂ? ਹਾਂਜੀ। ਅਤੇ ਕਿਸ ਕਿਸ ਨੇ ਸਾਥ ਦਿਆ ਇਸ 'ਚ ਤੁਹਾਡਾ? ਮੇਰੇ ਸਭ ਤੋਂ ਪਹਿਲਾਂ ਤਾਂ ਮੇਰੇ ਪੇਰੈਂਟਸ ਨੇਗੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਪੇਰੈਂਟਸ ਨੂੰ ਤੁਸੀਂ ਇਨਵੋਲਵ ਕਰਨਾ ਚਾਹੁੰਦੇ ਵੀ ਉਹਨਾਂ ਨੇ ਤੁਹਾਡਾ ਜ਼ਿਆਦਾ ਸਾਥ ਦਿਆ? ਹਾਂਜੀ। ਠੀਕ ਹੈ, ਅਤੇ ਅੱਗੇ ਜਿਹੜੇ ਤੁਹਾਡੇ ਜੂਨੀਅਰਸ ਹੈ ਜਾਂ ਤੁਹਾਡੇ ਨਾਲ ਹੋਰ ਹੈ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਹਾਂਜੀ, ਬਿਲਕੁਲ ਇਹੀ ਦੇਣਾ ਚਾਹੂੰਗੀ ਕਿ ਆਪਾਂ ਜੇ ਇੱਕ ਆਰਟਿਸਟ ਹਾਂ ਤਾਂ ਆਪਾਂ ਆਰਟਿਸਟ ਇੱਕ ਆਰਟ ਲਾਈਨ ਵਿੱਚ ਇਹੋ ਜਿਹਾ ਚੀਜ਼ ਕਰੀਏ ਕਿ ਜਿਹੜੀ ਦੁਨੀਆ ਭਰ ਯਾਦ ਰੱਖੇ। ਦੁਨੀਆ ਤਾਂ ਹੁਣ ਤੁਹਾਨੂੰ ਯਾਦ ਰੱਖੇਗੀ ਕਿਉਂਕਿ ਤੁਸੀਂ ਇਹ ਇੱਕ ਜਿਹੜਾ ਅਜਿਹੀ ਅਜੀਬ ਡਿਫਰੈਂਟ ਜੀ ਜਿਹੜਾ ਕੰਮ ਕਰਤਾ ਅੱਜ ਉਹਦੇ ਲਈ ਤਾਂ ਤੁਹਾਨੂੰ ਸਾਰਾ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ। ਚਲੋ, ਸਾਡੇ ਵੱਲੋਂ ਵੀ ਤੁਹਾਨੂੰ ਇਹ ਬੈਸਟ ਵਿਸ਼ਿਜ਼ ਹੈ, ਦੁਆਵਾਂ ਹੈ ਕਿ ਤੁਸੀਂ ਅੱਗੇ ਵੀ ਕੋਈ ਹੋਰ ਇੱਦਾਂ ਦੇ ਹੋਰ ਅੱਗੇ ਹੈ ਪ੍ਰੋਜੈਕਟ ਤੁਹਾਡੇ ਮਾਇੰਡ 'ਚ ਕੋਈ? ਹਾਂਜੀ ਸਰ, ਮੈਂ ਕਾਫੀ ਇਸ ਚੀਜ਼ ਬਾਰੇ ਹੁਣ ਅੱਗੇ ਸੋਚ ਰਹੀ ਹਾਂ ਕਿਉਂਕਿ ਜਿਸ ਤਰੀਕੇ ਨਾਲ ਮੈਂ ਇਹ ਗੁਰੂ ਨਾਨਕ ਦੇਵ ਜੀ ਦੀ ਬਣਾਈ ਹੈ ਜਪਜੀ ਸਾਹਿਬ ਵਾਲੀ, ਅਤੇ ਉਸੀ ਰਿਲੇਟਿਡ ਇੱਕ ਹੋਰ ਕਨਸੈਪਟ ਚੱਲ ਰਿਹਾ ਜਿਹੜਾ ਕਿ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਆਊਗਾ। ਕਦ ਤੱਕ ਤਿਆਰ ਹੋ ਜਾਏਗਾ? ਸਰ, ਇਹ ਹਫ਼ਤਾ ਹਫ਼ਤਾ ਲੱਗੇਗਾ ਹੀ ਇਹਨੂੰ ਬਣਾਉਣ 'ਤੇ। ਚਲੋ, ਉਮੀਦ ਕਰਦੇ ਹਾਂ ਉਹ ਵੀ ਇਸੇ ਤਰ੍ਹਾਂ ਤੁਹਾਡਾ ਬਹੁਤ ਜ਼ਿਆਦਾ ਪਾਪੂਲਰ ਹੋਏ, ਅਸੀਂ ਫਿਰ ਦੁਬਾਰਾ ਆਈਏ ਤੁਹਾਨੂੰ ਉਹ ਪ੍ਰੋਜੈਕਟ ਤੁਹਾਡਾ ਦੇਖਣ ਵਾਸਤੇ ਔਰ ਉਹਨੂੰ ਅਸੀਂ ਆਪਣੇ ਚੈਨਲ 'ਤੇ ਵੀ ਚਲਾ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਡੀ ਐੱਸ ਕੱਕੜ, ਜਗਬਾਣੀ ਟੀਵੀ, ਪਟਿਆਲਾ।